ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਅੱਜ ਤੀਸਰਾ ਦਿਨ ਹੈ, 13 ਫਰਵਰੀ ਨੂੰ ਇੱਥੇ ਮੋਰਚਾ ਲਗਾਇਆ ਸੀ ਕਿਸਾਨਾਂ ਦੇ ਵੱਲੋਂ। ਹਾਲਾਂਕਿ ਦਿੱਲੀ ਕੂਚ ਕਰਨਾ ਸੀ, ਪਰ ਹਰਿਆਣਾ ਬਾਰਡਰ ਦੇ ਉੱਪਰ ਹੀ, ਸ਼ੰਭੂ ਬਾਰਡਰ ਦੇ ਉੱਪਰ ਹੀ ਕਿਸਾਨਾਂ ਨੂੰ ਰੋਕ ਦਿੱਤਾ ਗਿਆ। ਔਰ ਪਿਛਲੇ ਕਰੀਬ 2-2.5 ਦਿਨਾਂ ਤੋਂ 2.5 ਦਿਨ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਔਰ ਕਿਸਾਨ ਤੀਸਰੇ ਦਿਨ ਵੀ ਜਿਹੜੇ ਨੇ ਉਹ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਨੇ। ਅੱਜ ਕੋਈ ਜ਼ਿਆਦਾ ਜਿਹੜਾ ਤਣਾਅਪੂਰਨ ਮਾਹੌਲ ਨਹੀਂ ਹੋਇਆ, ਉਸਦਾ ਕਾਰਨ ਇਹ ਹੈ ਕਿਉਂਕਿ ਥੋੜ੍ਹੀ ਦੇਰ ਬਾਅਦ ਜਿਹੜੀ ਕਿਸਾਨਾਂ ਦੀ ਮੀਟਿੰਗ ਹੋਣੀ ਹੈ ਚੰਡੀਗੜ੍ਹ ਦੇ ਵਿੱਚ, ਮੀਟਿੰਗ ਰੱਖੀ ਗਈ ਔਰ ਖਾਸ ਤੌਰ ਦੇ ਉੱਪਰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇਸ ਮੀਟਿੰਗ ਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਨੇ ਉਹ ਦਿੱਲੀ ਤੋਂ ਜੁੜਨਗੇ। ਲਗਾਤਾਰ ਕੇਂਦਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਗੱਲਬਾਤ ਦੇ ਰਾਹੀਂ ਇਹ ਮਸਲਾ ਹੱਲ ਹੋਵੇਗਾ, ਪਰ ਦੂਸਰੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਇਸ ਚੀਜ਼ ਨੂੰ ਬਹੁਤ ਸਮਾਂ ਹੋ ਗਿਆ, ਬਹੁਤ ਸਾਲ ਲੰਘ ਚੁੱਕੇ ਨੇ। ਔਰ 2020-21 ਦੀ ਗੱਲ ਕਰੀਏ, ਜੋ ਦਿੱਲੀ ਦੀਆਂ ਮਰੂਹਾਂ ਦੇ ਉੱਪਰ ਸਿੰਘੂ ਬਾਰਡਰ ਦੇ, ਟਿੱਕਰੀ ਬਾਰਡਰ ਦੇ ਉੱਪਰ ਵੀ ਮੋਰਚਾ ਲਾਇਆ ਸੀ, ਉਦੋਂ ਵੀ ਇਸੇ ਭਰੋਸੇ ਤਹਿਤ ਮੋਰਚਾ ਉਦੋਂ ਚੱਕਿਆ ਗਿਆ ਸੀ ਕਿ ਜਲਦ ਮੰਗਾਂ ਪੂਰੀਆਂ ਹੋਣਗੀਆਂ, ਪਰ ਕਿਸਾਨ ਕਹਿ ਰਹੇ ਨੇ ਕਿ ਜਿਹੜੀਆਂ ਮੰਗਾਂ ਨੇ ਉਹ ਜਿਉਂ ਦੀ ਤਿਉਂ ਬਣੀ ਹੋਈਆਂ ਨੇ। ਅੱਜ ਜਿਹੜੀ ਮੀਟਿੰਗ ਹੋਣ ਵਾਲੀ ਆ ਉਸ ਦੇ ਉੱਪਰ ਸਭ ਦੀਆਂ ਨਜ਼ਰਾਂ ਨੇ। ਇਸ ਪੂਰੇ ਮਾਹੌਲ ਦੇ ਉੱਪਰ, ਇਸ ਪੂਰੀ ਸਥਿਤੀ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਦੈਨਿਕ ਸਵੇਰਾ ਤੋਂ ਜੁਆਇੰਟ ਐਡੀਟਰ ਪਮਿਲ ਭਾਟੀਆ ਨੇ। ਪਮਿਲ, ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਮੀਟਿੰਗਾਂ ਦਾ ਦੌਰ ਜਾਰੀ ਹੈ। 13 ਤਰੀਕ ਨੂੰ ਕਿਸਾਨ ਇੱਥੇ ਆਏ ਸੀ, ਉਸ ਤੋਂ ਪਹਿਲਾਂ 8 ਤਰੀਕ ਨੂੰ ਭਗਵੰਤ ਮਾਨ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ। ਭਗਵੰਤ ਮਾਨ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ, ਉਹ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਹੜੀ ਕਹਿ ਲਈ ਆਪਾਂ ਇੱਕ ਮੀਟਿੰਗ ਕਰਵਾਈ ਗਈ ਸੀ। ਕੇਂਦਰੀ ਮੰਤਰੀ ਖੁਦ ਚੰਡੀਗੜ੍ਹ ਆਏ ਸੀ, ਉਸ ਤੋਂ ਬਾਅਦ 12 ਤਰੀਕ ਨੂੰ ਮੀਟਿੰਗ ਹੋਈ ਹੈ, ਉਹ ਵੀ ਬੇਨਤੀ ਜਾ ਰਹੀ ਹੈ। ਕੱਲ੍ਹ ਵੀ ਚੰਡੀਗੜ੍ਹ ਦੇ ਵਿੱਚ ਜਿਹੜੀ ਕਿਸਾਨਾਂ ਦੀ ਮੀਟਿੰਗ ਹੋਈ, ਪਰ ਅੱਜ ਕਹੀ ਜਾ ਰਹੀ ਹੈ ਜਿਹੜੀ ਅੱਜ ਮੀਟਿੰਗ ਹੈ, ਥੋੜ੍ਹੀ ਦੇਰ ਬਾਅਦ ਹੋਣੀ ਹੈ, ਕਿਸਾਨਾਂ ਦੀ ਮੀਟਿੰਗ ਹੋਣੀ ਹੈ ਵੀਡੀਓ ਕਾਨਫਰੰਸਿੰਗ ਰਾਹੀਂ ਹੋਣੀ ਹੈ। ਕੀ ਲੱਗਦਾ ਕਿ ਜਿਹੜਾ ਮਾਮਲਾ ਸੋਰਟਡ ਹੋ ਜੂਗਾ, ਸਹਿਮਤੀ ਬਣ ਜੂ ਕਿਤੇ ਨਾ ਕਿਤੇ? ਦੇਖੋ, ਇਹ ਕਹਿਣਾ ਹਜੇ ਮੁਸ਼ਕਲ ਹੈਗਾ ਕਿ ਮਾਮਲਾ ਸੋਰਟ ਆਊਟ ਹੋ ਗਿਆ, ਕਿਉਂਕਿ ਇੰਨਾ ਜ਼ਰੂਰ ਹੈਗਾ ਕਿ ਇਸ ਪ੍ਰੋਟੈਸਟ ਦੇ ਨਾਲ, ਕਿਸਾਨਾਂ ਦੇ ਧਰਨੇ ਦੇ ਨਾਲ ਗੌਰਮੈਂਟ 'ਤੇ ਪ੍ਰੈਸ਼ਰ ਜ਼ਰੂਰ ਬਣ ਰਿਹਾ ਹੈਗਾ, ਕਿਉਂਕਿ ਕੁਛ ਹੀ ਸਮੇਂ ਨੂੰ, ਕਰੀਬਨ 2-2.5 ਮਹੀਨੇ ਨੂੰ ਇਲੈਕਸ਼ਨ ਹੈਗੇ ਹੈ, ਅਤੇ ਸਰਕਾਰ 'ਤੇ ਪ੍ਰੈਸ਼ਰ ਜ਼ਰੂਰ ਬਣ ਰਿਹਾ ਹੈਗਾ। ਔਰ ਜਿਸ ਤਰ੍ਹਾਂ ਦੇ ਨਾਲ ਸਰਕਾਰ ਨੇ ਕਿਸਾਨਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ 'ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਛਰੇ ਲੱਗੇ ਆ, ਰਬਰ ਬੁਲਟ ਜਿਹੜੀਆਂ ਹੈਗੀਆਂ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਲੱਗੀਆਂ ਨੇ, ਪਲਾਸਟਿਕ ਦੀਆਂ ਗੋਲੀਆਂ ਫਾਇਰ ਕੀਤੀਆਂ ਗਈਆਂ ਨੇ, ਉਹ ਲੱਗੀਆਂ ਨੇ, ਉਸਦੇ ਨਾਲ ਇੱਕ ਸੰਪੂਰਨ ਤੌਰ 'ਤੇ ਇੱਕ ਇਨਟੋਟੈਲਿਟੀ ਜੇ ਦੇਖਿਆ ਜਾਏ ਤਾਂ ਸਰਕਾਰ ਦੀ ਇਮੇਜ ਵੀ ਬੜੇ ਬੁਰੀ ਤਰ੍ਹਾਂ ਦੇ ਨਾਲ ਡੈਮੇਜ ਹੋਈ ਹੈ ਕਿ ਆਪਣੇ ਦੇਸ਼ ਦੇ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ, ਉਹਨਾਂ 'ਤੇ ਅਥਰੂ ਗੈਸ ਦੇ ਗੋਲੇ ਮਾਰੇ ਜਾ ਰਹੇ ਆ, ਕਿਸਾਨਾਂ ਦੇ ਉੱਤੇ ਜਿਹੜੀਆਂ ਰਬੜ ਬੁਲਟ ਫਾਇਰ ਕੀਤੀਆਂ ਜਾ ਰਹੀਆਂ ਨੇ। 100-125 ਤੋਂ ਵੱਧ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ, ਜਿਨ੍ਹਾਂ 'ਚੋਂ ਬਹੁਤ ਸਾਰੇ ਜਿਹੜੇ ਗੰਭੀਰ ਜ਼ਖਮੀ ਹੈਗੇ, ਜਿਹੜੇ ਵੱਖ ਵੱਖ ਹੌਸਪਿਟਲਾਂ ਦੇ ਵਿੱਚ ਦਾਖਲ ਹੈਗੇ ਨੇ। ਇਸ ਦੇ ਨਾਲ ਇੱਕ ਇਮੇਜ ਵੀ ਜਿਹੜੀ ਹੈਗੀ ਹੈ ਉਹ ਵੀ ਡੈਮੇਜ ਹੋਈ ਹੈ ਕਿ ਇੱਕ ਦੇਸ਼ ਸੰਵਿਧਾਨ ਦੇ ਮੁਤਾਬਕ ਚੱਲਦਾ, ਅਤੇ ਉਹੀ ਸੰਵਿਧਾਨ ਜਿਹੜਾ ਹੈਗਾ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਦਿੰਦਾ, ਅਤੇ ਜੇ ਕੋਈ ਪ੍ਰੋਟੈਸਟ ਕਰਨਾ ਚਾਹੁੰਦਾ ਤਾਂ ਕੀ ਉਹਨਾਂ ਨੂੰ ਇੰਨੇ ਅਹਿੰਸਕ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਏਗਾ? ਇਹ ਵੱਡਾ ਸਵਾਲ ਹੈਗਾ, ਅਤੇ ਇਹ ਇੰਪੋਰਟੈਂਟ ਸਵਾਲ ਵੀ ਹੈਗਾ। ਕਾਂਗਰਸ ਜਾਂ ਦੂਸਰੀਆਂ ਵਿਰੋਧੀ ਪਾਰਟੀਆਂ ਵੀ ਇਸ ਸਥਿਤੀ ਨੂੰ ਦੇਖ ਰਹੀਆਂ ਨੇ, ਇਸੇ ਲਈ ਉਹ ਵੀ ਇਸਦਾ ਪੋਲੀਟੀਸਾਈਜ਼ੇਸ਼ਨ ਇਹਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਅੱਜ ਦੀ ਜਿਹੜੀ ਮੀਟਿੰਗ ਹੈਗੀ ਹੈ ਬਹੁਤ ਇੰਪੋਰਟੈਂਟ ਹੈ, ਕੁਛ ਹੀ ਦੇਰ ਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ। ਇਸ ਦੇ ਵਿੱਚ ਕੇਂਦਰੀ ਖੇਤਰੀ ਮੰਤਰੀ ਅਰਜੁਨ ਮੁੰਡਾ, ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ ਅਤੇ ਗ੍ਰਹਿ ਰਾਜ ਮੰਤਰੀ ਜਿਹੜੇ ਹੈ ਨਿਤਿਆਨੰਦ ਰਾਏ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਹਾਲਾਂਕਿ ਇਹ ਮੀਟਿੰਗ ਦੇ ਵਿੱਚੋਂ ਨਤੀਜਾ ਕੀ ਨਿਕਲੇਗਾ ਇਹ ਕਹਿਣਾ ਮੁਸ਼ਕਿਲ ਹੈਗਾ, ਸੰਭਾਵਨਾ ਘੱਟ ਹੈਗੀ ਹੈ, ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਜਿਸ ਸਮੇਂ ਪਹਿਲਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ, ਜਦੋਂ ਸਿੰਘੂ ਅਤੇ ਟਿੱਕਰੀ ਬਾਰਡਰ ਦੇ ਉੱਤੇ ਧਰਨੇ ਲੱਗੇ ਸੀਗੇ, ਉਦੋਂ ਵੀ ਖੇਤੀ ਮੰਤਰੀ ਜਿਹੜੇ ਸੀਗੇ ਨਰਿੰਦਰ ਤੋਮਰ ਅਤੇ ਪਿਊਸ਼ ਗੋਇਲ, ਉਦੋਂ ਵੀ ਇੰਡਸਟਰੀ ਮਿਨਿਸਟਰ ਸੀ, ਇਹ ਮੀਟਿੰਗਾਂ ਦੇ ਵਿੱਚ ਆਉਂਦੇ ਹੁੰਦੇ ਸੀ। 10-11 ਰਾਊਂਡ ਦੀਆਂ ਮੀਟਿੰਗਾਂ ਹੋਈਆਂ ਸੀ, ਸ਼ਾਇਦ 13 ਰਾਊਂਡ ਦੀਆਂ ਮੀਟਿੰਗਾਂ ਹੋਈਆਂ ਸੀ, ਅਤੇ ਇਹ ਮਿਨਿਸਟਰ ਇੰਡੀਪੈਂਡੈਂਟਲੀ ਕੋਈ ਡਿਸੀਜ਼ਨ ਨਹੀਂ ਲੈ ਪਾਏ ਸੀਗੇ। ਇਹ
ਉਦੋਂ ਵੀ ਮੀਟਿੰਗਾਂ ਦੇ ਵਿੱਚ ਬੈਠੇ। ਅੱਜ ਦੀ ਜਿਹੜੀ ਮੀਟਿੰਗ ਹੈਗੀ ਹੈ, ਮੈਨੂੰ ਲੱਗਦਾ ਕਿ ਸਰਕਾਰ 'ਤੇ ਪ੍ਰੈਸ਼ਰ ਬਣਾਉਣ ਦੇ ਵਿੱਚ ਕਿਸਾਨ ਕਾਮਯਾਬ ਜ਼ਰੂਰ ਹੋਏ ਨੇ। ਪ੍ਰੈਸ਼ਰ ਜ਼ਰੂਰ ਬਣਿਆ ਹੈਗਾ ਜਿਸ ਤਰ੍ਹਾਂ ਦੇ ਨਾਲ ਵਾਇਲੈਂਸ ਕਿਸਾਨਾਂ ਦੇ ਖਿਲਾਫ ਕੀਤਾ ਗਿਆ, ਔਰ ਉਸ ਵਾਇਲੈਂਸ ਦੀਆਂ ਤਸਵੀਰਾਂ ਜਿਹੜੀਆਂ ਨੇ ਮੀਡੀਆ ਦੇ ਜ਼ਰੀਏ ਦੇਸ਼ ਭਰ ਦੇ ਵਿੱਚ ਗਈਆਂ, ਅਤੇ ਉਸਦਾ ਅਸਰ ਜ਼ਰੂਰ ਹੋਇਆ। ਪ੍ਰੈਸ਼ਰ ਦੇ ਵਿੱਚ ਸਰਕਾਰ ਜਿਹੜੀ ਹੈ ਜ਼ਰੂਰ ਆਈ ਹੈ। ਇਹ ਪ੍ਰੈਸ਼ਰ ਇਸ ਚੀਜ਼ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਬਾਕੀ ਕਿਸਾਨ ਜਥੇਬੰਦੀਆਂ ਨੇ, ਜਿਹੜਾ SKM ਹੈਗਾ, ਸੰਯੁਕਤ ਕਿਸਾਨ ਮੋਰਚਾ ਹੈਗਾ, ਜਾਂ ਜਿਹੜੀਆਂ ਬਾਕੀ ਕਿਸਾਨ ਜਥੇਬੰਦੀਆਂ ਨੇ, BKU ਗ੍ਰਾਹਾਂ ਵਰਗੀਆਂ ਵੱਡੇ ਜਥੇਬੰਦੀਆਂ ਨੇ, ਉਹਨਾਂ ਨੇ ਵੀ ਅੱਜ ਜਿਹੜੀ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰਨ ਦੀ ਅਤੇ ਰੇਲਾਂ ਰੋਕਣ ਦੀ ਕੌਲ ਦਿੱਤੀ ਹੋਈ ਸੀਗੀ। ਮੈਨੂੰ ਲੱਗਦਾ ਕਿ ਜਿਹੜੀ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਉੱਤੇ ਹਮਲੇ ਹੋਏ ਹੈਗੇ ਆ, ਉਸ ਤੋਂ ਬਾਅਦ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ 'ਤੇ ਬਣਿਆ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨ ਜ਼ਖਮੀ ਹੋ ਰਹੇ ਨੇ, ਘੱਟੋ ਘੱਟ ਇਹਨਾਂ ਦੀ ਸਪੋਰਟ ਦੇ ਵਿੱਚ ਜਾਇਆ ਜਾਏ ਉੱਥੇ। ਇਹ ਪ੍ਰੈਸ਼ਰ ਜਿਹੜਾ ਇੱਕ ਹੈਗਾ ਉਹ ਬਿਲਡ ਹੋ ਰਿਹਾ, ਹਾਲਾਂਕਿ ਉਹ ਜਥੇਬੰਦੀਆਂ ਨਹੀਂ ਆਈਆਂ ਹਜੇ ਤੱਕ ਕਿਸਾਨਾਂ ਦੇ ਸਮਰਥਨ ਦੇ ਵਿੱਚ, ਪਰ ਉਹ ਸ਼ਾਇਦ ਜੇ ਇਸੇ ਤਰ੍ਹਾਂ ਦੇ ਨਾਲ ਇੱਥੇ ਸ਼ੰਭੂ ਬਾਰਡਰ 'ਤੇ ਹਾਲਾਤ ਰਹੇ ਤਾਂ ਉਹਨਾਂ ਨੂੰ ਆਉਣਾ ਪੈ ਸਕਦਾ ਹੈਗਾ, ਕਿਉਂਕਿ ਲੋਕਾਂ ਨੂੰ ਵੀ ਜਵਾਬਦੇਹੀ ਹੁੰਦੀ ਹੈ ਕਿ ਜਿਹੜੇ ਉੱਥੇ ਧਰਨੇ ਦੇ ਉੱਤੇ ਬੈਠੇ ਨੇ, ਜਾ ਕੇ ਉਹਨਾਂ 'ਤੇ ਹਮਲੇ ਹੋ ਰਹੇ, ਉਹਨਾਂ ਨੂੰ ਸੱਟਾਂ ਲੱਗ ਰਹੀਆਂ ਨੇ, ਅਤੇ ਤੁਸੀਂ ਇੱਥੇ ਬਾਕੀ ਜਥੇਬੰਦੀਆਂ ਕਿਉਂ ਬੈਠੀ? ਜੇ ਉਹਨਾਂ ਜਥੇਬੰਦੀਆਂ ਦੇ ਲੀਡਰ ਨਾ ਵੀ ਕੋਈ ਆਉਣਾ ਚਾਹੇ, ਕੋਈ ਮੈਂ ਕਹਿ ਰਿਹਾ ਸਾਰੇ ਨਹੀਂ, ਜੇ ਕਿਸੇ ਦੀ ਮੰਸ਼ਾ ਨਾ ਵੀ ਹੋਏ ਤਾਂ ਮੈਨੂੰ ਲੱਗਦਾ ਕਿ ਸਮਾਜਿਕ ਤੌਰ 'ਤੇ ਬਾਕੀ ਕਿਸਾਨਾਂ ਦਾ ਇੰਨਾ ਕੁ ਪ੍ਰੈਸ਼ਰ ਬਿਲਡ ਹੋਏਗਾ ਆਉਂਦੇ ਦਿਨਾਂ ਦੇ ਵਿੱਚ ਉਹਨਾਂ 'ਤੇ ਕਿ ਉਹਨਾਂ ਜਥੇਬੰਦੀਆਂ ਨੂੰ ਵੀ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਣਾ ਪਏਗਾ, ਇੱਥੇ ਆ ਕੇ ਖੜਨਾ ਪਏਗਾ। ਮਤਲਬ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਪਮਿਲ ਕਿ ਜਿਹੜਾ ਅਣਮਨੁੱਖੀ ਵਤੀਰਾ, ਜਿਹੜਾ ਆਪਾਂ ਕਹਿ ਲਈਏ ਕਿ ਗੈਰ ਲੋਕਤੰਤਰਿਕ ਤਰੀਕੇ ਦੇ ਨਾਲ ਜਿਹੜਾ ਇੱਥੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਪਰ ਡੀਲ ਕੀਤਾ ਜਾ ਰਿਹਾ, ਔਰ ਤੁਹਾਡੇ ਮੈਂ ਧਿਆਨ 'ਚ ਲਾਉਣਾ ਪਮਿਲ, ਜਿਹੜੇ ਟੀਅਰ ਗੈਸ ਜਿਹੜੇ ਉਹ ਸਿੱਟੇ ਜਾ ਰਹੇ ਨੇ ਗੋਲੀਆਂ ਨਾਲ ਉੱਪਰ ਸ਼ੈਲ ਸਿੱਟੇ ਜਾ ਰਹੇ ਨੇ, ਉਸ ਦੇ ਵਿੱਚ ਵੀ ਕਿਸਾਨਾਂ ਨੂੰ ਇੱਕ ਹੋਰ ਆ, ਉਹਨਾਂ ਦੀ ਜਿਹੜੀ ਡੇਟ ਆ ਉਹ ਐਕਸਪਾਇਰ ਹੋ ਚੁੱਕੀ ਆ। ਮਤਲਬ ਕਿ ਕਿਸਾਨ ਕਹਿ ਰਹੇ ਨੇ ਕਿ ਉਸ ਦੇ ਨਾਲ ਜਿਹੜਾ ਬਾਡੀ ਦੇ ਵਿੱਚ ਜ਼ਹਿਰ ਫੈਲ ਸਕਦੇ ਆ, ਕਿਉਂਕਿ ਉਹ ਹੋਰ ਐਕਸਪਾਇਰੀ ਡੇਟ ਸੀ ਉਹਨਾਂ ਦੀ 11/2021 ਤੋਂ 11/2022 ਸੀ, ਹੁਣ ਤੁਸੀਂ ਦੇਖ ਲਓ 11/2023 ਵੀ ਲੰਘ ਚੁੱਲੇ ਨੇ, ਇੱਕ ਸਾਲ ਡੇਢ ਮਹੀਨੇ ਦਾ ਸਮਾਂ ਉਸ ਨੂੰ ਐਕਸਪਾਇਰ ਹੋਣ ਹੋ ਚੁੱਕਿਆ, ਅਤੇ ਉਹ ਜਿਹੜੇ ਟੀਅਰ ਗੈਸ ਦੇ ਸ਼ੈਲਸ ਨੇ ਉਹ ਯੂਜ਼ ਕੀਤੇ ਜਾ ਰਹੇ ਨੇ। ਉਸ ਤੋਂ ਬਿਨਾਂ ਜਿਹੜੇ ਰਬੜ ਦੇ ਜਿਹੜੇ ਪਿਲਟ ਬਾਲ ਹੁੰਦੀਆਂ ਨੇ ਉਹ ਬਹੁਤ ਕਹਿ ਲਓ ਵੀ ਕਹਿਣ ਨੂੰ ਰਬੜ ਦੀ ਹੁੰਦੀ ਆ, ਪਰ ਉਹਦੀ ਸੱਟ ਗੋਲੀ ਵਰਗੀ ਹੁੰਦੀ ਆ। ਉਸ ਤੋਂ ਬਿਨਾਂ ਆਪਾਂ ਦੇਖ ਕਈ ਜਿਹੜੇ ਨੌਜਵਾਨਾਂ ਦੇ ਉੱਪਰ ਜਿਹੜੇ ਸ਼ਰੇ ਵੀ ਬਹੁਤ ਵੱਡੀ ਜਿਹੜੀ ਗਿਣਤੀ ਦੇ ਵਿੱਚ ਲੱਗੇ ਨੇ, ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਮਿਲ। ਜਿਵੇਂ ਜਿਵੇਂ ਟਾਈਮ ਲੰਘਦਾ ਜਾ ਰਿਹਾ, ਜਿਵੇਂ ਜਿਵੇਂ ਸੂਰਜ ਦੀ ਧੁੱਪ ਚੜ੍ਹਦੀ ਜਾ ਰਹੀ ਹੈ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਕੱਠ ਹੈ, ਹਾਲਾਂਕਿ ਪੂਰੀਆਂ ਜਥੇਬੰਦੀਆਂ ਵਾਲੇ ਨਹੀਂ ਇੱਥੇ ਆਈਆਂ, ਉਹ ਇਕੱਠ ਹਰ ਘੰਟੇ ਹਿਸਾਬ ਨਾਲ ਵੱਧਦਾ ਚਲਾ ਜਾ ਰਿਹਾ। ਬਿਲਕੁਲ, ਇਕੱਠ ਵੱਧ ਰਿਹਾ ਹੈਗਾ, ਇਹੀ ਗੱਲ ਮੈਂ ਤੁਹਾਨੂੰ ਕਹੀ ਹੈ, ਇਕੱਠ ਵੱਧ ਰਿਹਾ ਹੈਗਾ। ਸੱਟਾਂ ਲੱਗਣ ਦੇ ਨਾਲ ਇਹ ਬਿਲਕੁਲ ਨਹੀਂ ਹੋਇਆ ਜਾਂ ਹੋਣ ਦੀ ਸੰਭਾਵਨਾ ਹੈਗੀ ਕਿ ਮੋਰਾਲ ਘਟੇ, ਕਿਉਂਕਿ ਹੁਣ ਜਦੋਂ ਜਿਹੜੇ ਲੋਕ ਇੱਥੇ ਆ ਚੁੱਕੇ ਨੇ, ਕਿਸਾਨ ਜਿਹੜੇ ਆਏ ਨੇ, ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਕਿਸਾਨਾਂ ਨੇ ਜ਼ਖਮੀ ਕਿਸਾਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਇਆ, ਜਾਂ ਜਿਨ੍ਹਾਂ ਨੂੰ ਮਜਬੂਰਨ ਕੁਛ ਲੋਕਾਂ ਨੂੰ ਜ਼ਿਆਦਾ ਜ਼ਖਮੀ ਹੋਣ ਦੀ ਵਜ੍ਹਾ ਦੇ ਨਾਲ ਘਰ ਵੀ ਜਾਣਾ ਪਿਆ ਹੈਗਾ, ਕਿਆ ਉਹ ਇਹ ਗੱਲ ਸੋਚਣਗੇ ਵੀ ਅਸੀਂ ਇੱਥੇ ਸਿਰਫ ਸੱਟਾਂ ਖਾਣ ਆਏ ਸੀਗੇ? ਉਹਦੇ ਨਾਲ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈਗੀ ਹੈ ਉਹ ਹੋਰ ਵਧੇਗੀ ਕਿ ਅਸੀਂ ਸਿਰਫ ਇੱਥੇ ਜ਼ਖਮੀ ਹੋਣ ਨਹੀਂ ਆਏ, ਅਸੀਂ ਜੇ ਦਿੱਲੀ ਦੀ ਕਾਲ ਦਿੱਤੀ ਹੈ ਤਾਂ ਅਸੀਂ ਦਿੱਲੀ ਤੱਕ ਪਹੁੰਚਣਾ ਹੈਗਾ। ਮੈਨੂੰ ਲੱਗਦਾ ਕਿ ਜੋ ਹਰਿਆਣਾ ਸਰਕਾਰ ਇਹ ਚਾਹ ਰਹੀ ਹੈ ਕਿ ਅਸੀਂ ਜ਼ਖਮੀ ਕਰਕੇ ਜਾਂ ਡਰਾ ਕੇ ਇੱਥੋਂ ਵਾਪਸ ਭੇਜ ਦਾਂਗੇ, ਇਹ ਨਹੀਂ ਹੋਏਗਾ, ਇਹਦਾ ਉਲਟਾ ਅਸਰ ਹੋਏਗਾ। ਜ਼ਖਮੀ ਹੋਣ ਤੋਂ ਬਾਅਦ, ਸੱਟਾਂ ਲੱਗਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਆਕਰੋਸ਼ ਹੋਰ ਵਧੇਗਾ। ਇਹਨਾਂ ਦੀ ਹਾਲਤ ਦੇਖ ਕੇ ਜਿਹੜੇ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਨਹੀਂ ਪਹੁੰਚੇ, ਉਹਨਾਂ ਦੇ ਵਿੱਚ ਵੀ ਗੁੱਸਾ ਐਗਰੈਸ਼ਨ ਵਧੇਗਾ, ਔਰ ਇਹ ਭਾਵਨਾ ਵਧੇਗੀ ਕਿ ਅਸੀਂ ਆਪਣੇ ਕਿਸਾਨਾਂ ਦਾ ਸਮਰਥਨ ਕਰੀਏ, ਜਾ ਕੇ ਸਧਾਰਨ ਲੋਕਾਂ ਦੇ ਵਿੱਚ ਇਹ ਭਾਵਨਾ ਵਧੇਗੀ। ਉਸ ਹਰਿਆਣਾ ਸਰਕਾਰ ਦੇ ਇਸੇ ਬਿਹੇਵੀਅਰ ਦੇ ਨਾਲ, ਇਸੇ
ਤਸ਼ੱਦਦ ਦੀ ਵਜ੍ਹਾ ਦੇ ਨਾਲ ਇਹ ਪ੍ਰਦਰਸ਼ਨ ਜਿਹੜਾ ਉਹ ਹੋਰ ਉਗਰ ਹੋ ਸਕਦਾ, ਹੋਰ ਤਿੱਖਾ ਹੋਏਗਾ, ਹਰਿਆਣਾ ਸਰਕਾਰ ਨੂੰ ਇਹ ਹੋਰ ਜ਼ਿਆਦਾ ਭਾਰੀ ਪਊਗਾ। ਉਹਦਾ ਰੀਜ਼ਨ ਕੀ ਹੈ ਕਿ ਹਰਿਆਣਾ ਸਰਕਾਰ ਇਹ ਭੁੱਲ ਰਹੀ ਹੈ ਕਿ ਪੰਜਾਬ ਜਿਹੜੀ ਪੰਜਾਬੀ ਕੌਮ ਦੀ ਗੱਲ ਕਰੀਏ, ਇਸ ਦੇ ਵਿੱਚ ਅਗਰੈਸ਼ਨ, ਹਿੰਮਤ ਅਤੇ ਅਣਖ ਦੀ ਕੋਈ ਘਾਟ ਨਹੀਂ ਹੈਗੀ। ਤੁਸੀਂ ਕਹਿ ਲਓ ਵੀ ਇਤਿਹਾਸ ਗਵਾ, ਤੁਸੀਂ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਮਹਾਰਾਜੇ ਦੀ ਧਰਤੀ ਆ, ਔਰ ਕਦੇ ਵੀ ਚਾਹੇ ਉਹ ਆਪਾਂ ਕਹਿ ਲਈਏ ਵੀ ਜਦੋਂ ਵੀ ਜ਼ੁਲਮ ਹੋਏ ਨੇ, ਜਦੋਂ ਵੀ ਕਿਸੇ ਨੇ ਵੀ, ਚਾਹੇ ਆਪਾਂ ਅਬਦਾਲੀ ਦੀ ਗੱਲ ਕਰੀਏ ਜਾਂ ਹੋਰਾਂ ਦੀ ਗੱਲ ਕਰੀਏ, ਜਦੋਂ ਵੀ ਉਹਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਤਾਂ ਸਭ ਤੋਂ ਪਹਿਲਾਂ ਲੋਹਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਲੈਣਾ ਪਿਆ। ਤਾਂ ਇਹ ਜੇਕਰ ਅਣਖ ਨੂੰ ਵੰਗਾਰਨ ਦੀ ਗੱਲ ਹੈ ਤਾਂ ਉਹ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਸ਼ਰੇ ਖਾ ਕੇ ਵੀ, ਜਿਹੜੀਆਂ ਰਬੜ ਦੀਆਂ ਗੋਲੀਆਂ ਖਾ ਕੇ ਵੀ, ਜਾਂ ਕਹਿ ਲਈਏ ਕਿ ਟੀਅਰ ਗੈਸ ਦੇ ਹੰਝੂਆਂ ਦੇ ਨਾਲ ਵੱਡੇ ਫੱਟ ਖਾ ਕੇ ਵੀ ਜਿਹੜੇ ਕਿਸਾਨ ਨੇ, ਜਿਹੜੇ ਨੌਜਵਾਨ ਨੇ ਉਹ ਬੈਠੇ ਨੇ, ਉਹ ਦੱਸ ਰਹੇ ਨੇ ਕਿ ਇਹਨਾਂ ਗੱਲਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਇਹਨਾਂ ਗੱਲਾਂ ਦੇ ਨਾਲ ਅਸੀਂ ਵਾਪਸ ਮੁੜਨ ਦੀ ਬਜਾਏ ਜਿਹੜੀ ਸਾਡੀ ਦਲੀਲ ਹੈ, ਜਿਹੜੀ ਸਾਡੀ ਮਨਸ਼ਾ, ਔਰ ਜਿਹੜਾ ਸਾਡਾ ਕਹਿ ਲਈਏ ਕਿ ਆਪਾਂ ਇੱਕ ਜਿਹੜਾ ਜਿਸ ਨਿਸ਼ਚੇ ਕਰਕੇ ਜਿਹੜੇ ਅਸੀਂ ਅੱਗੇ ਵੱਧ ਰਹੇ ਹਾਂ, ਉਹ ਦਿਨੋ ਦਿਨ ਵੱਧਦਾ ਜਾ ਰਿਹਾ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੂਰਜ ਦੀ ਚੜ੍ਹਦੀ ਧੁੱਪ ਦੇ ਨਾਲ ਜਿਹੜਾ ਇਹ ਪ੍ਰੋਟੈਸਟ ਆ ਹੋਰ ਵੀ ਜ਼ਿਆਦਾ ਤਿੱਖਾ ਹੋ ਰਿਹਾ, ਔਰ ਇੱਥੇ ਇਹ ਕਿਸਾਨ ਸਿੱਧੇ ਤੌਰ ਦੇ ਉੱਪਰ ਇੱਕ ਸੰਕੇਤਕ ਜਿਹੜਾ ਹੈ ਉਹ ਇਸ਼ਾਰਾ ਕਰ ਰਹੇ ਨੇ ਕੇਂਦਰ ਸਰਕਾਰ ਨੂੰ, ਔਰ ਸਾਹਮਣੇ ਖੜ੍ਹੀ ਜਿਹੜੀ ਬਾਰਡਰ ਦੇ ਉੱਪਰ ਸਿਕਿਉਰਿਟੀ ਦਸਤਾ ਖੜ੍ਹਾ ਉਸਨੂੰ ਵੀ ਦੱਸ ਰਹੇ ਨੇ ਕਿ ਅਗਰ ਅਸੀਂ ਜਾਣ ਵਾਲੇ ਹੁੰਦੇ ਤਾਂ ਕਦੋਂ ਦੀ ਗੱਲ ਹੋਰ ਸੀ, ਅਸੀਂ ਜਾਣਨੀ ਹੈ ਜੋ ਅਸੀਂ ਫੈਸਲਾ ਕਰਕੇ ਆਏ ਹਾਂ, ਜਾਂ ਤਾਂ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨੇ ਜਾਂ ਉਹਨਾਂ ਦੇ ਉੱਪਰ ਪੂਰਾ ਉਤਰੇ, ਨਹੀਂ ਫਿਰ ਜੋ ਮਰਜ਼ੀ ਹੋ ਜਾਵੇ ਅਸੀਂ ਦਿੱਲੀ ਕੁਝ ਕਰਨਾ ਤਾਂ ਕਰਕੇ ਰਹਾਂਗੇ। ਉਸੇ ਮਨਸ਼ਾ ਦੇ ਨਾਲ ਜਿਹੜਾ ਹਰ ਮਿੰਟ ਇੱਥੇ ਕੱਟ ਸ਼ੰਭੂ ਬਾਰਡਰ ਦੇ ਉੱਪਰ ਵੱਧਦਾ ਚਲਾ ਜਾ ਰਿਹਾ, ਔਰ ਸ਼ੰਭੂ ਬਾਰਡਰ ਤੋਂ ਲੈ ਕੇ ਪਿੱਛੇ ਰਾਜਪੁਰੇ ਵੱਲ ਤੱਕ ਜਿੱਥੇ ਵੀ ਨਜ਼ਰ ਜਾ ਰਹੀ ਹੈ, 3 ਤੋਂ 4 ਕਿਲੋਮੀਟਰ ਤੱਕ ਪਿੱਛੇ ਕਿਸਾਨਾਂ ਦੀਆਂ ਟਰਾਲੀਆਂ ਲੱਗ ਚੁੱਕੀਆਂ ਨੇ। ਹੋਰ ਵੀ ਅਪਡੇਟ ਦੇ ਲਈ ਤੁਹਾਨੂੰ ਲਗਾਤਾਰ ਜ਼ਿਕਰ ਕਰਾਂਗੇ, ਪਰ ਇੱਥੇ ਹੁਣ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਜੋ ਥੋੜ੍ਹੀ ਦੇਰ ਬਾਅਦ ਕਿਸਾਨਾਂ ਦੀ ਮੀਟਿੰਗ ਹੋਣੀ ਆ, ਕੇਂਦਰੀ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸ ਮੀਟਿੰਗ ਹੋਣੀ, ਦੇਖਣਾ ਹੋਵੇਗਾ ਕਿ ਉਸ ਮੀਟਿੰਗ ਦੇ ਵਿੱਚ ਨਤੀਜਾ ਕੀ ਆਵੇਗਾ।